चंडीगढ़ जो कि पंजाब की राजधानी है उसके उत्ते हुण जिहड़ा अधिकार है इस वेले केंद्र ने अपने अधीन कर लिया। जिहड़ा पंजाब सर्विसिज रूल सी उह खत्म करके केंद्र रूल लागू करता, उहदे तुहाडी पहली टिप्पणी की होएगी जी? ਜਿਹੜੇ ਤੁਸੀਂ ਹੁਣ ਤੁਹਾਡੀ ਭਾਈਵਾਲ ਪਾਰਟੀ ਹੈ, ਤੁਸੀਂ ਅਮਰੀਕ ਭਾਈਵਾਲੀ ਦਾ ਇਲੈਕਸ਼ਨ ਸੀਗੀ ਜੀ, ਹੁਣ ਕੋਈ ਜ਼ਰੂਰੀ ਨਹੀਂ ਹੈ ਵੀ ਭਾਈਵਾਲੀ ਰਹੇ। ਭਗਵੰਤ ਮਾਨ ਵੱਲੋਂ ਵੀ ਕੋਈ ਇਸੇ ਮੁੱਦੇ ਤੇ ਨਾ ਬੋਲਣਾ, ਅਕਾਲੀ ਦਲ ਦਾ ਸਟੈਂਡ ਹਜੇ ਕਲੀਅਰ ਨਹੀਂ ਹੋ ਸਕਿਆ, ਵੀ ਤੁਹਾਨੂੰ ਲੱਗਦਾ ਜੀ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਇਸ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਪਿੰਸਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਲੋਕ ਚੈਨਲ ਅਮਰੀਕਾ ਤੋਂ ਹਰਪਾਲ ਸਿੰਘ ਸੁਨਾਮ ਬੋਲ ਰਿਹਾ ਸੀ ਜੀ। ਹਾਂਜੀ ਹਾਂਜੀ, ਕੀ ਹਾਲ ਹੈ ਹਰਪਾਲ ਜੀ? ਬਹੁਤ ਵਧੀਆ। ਟਿੰਸਾ ਸਾਹਿਬ, ਜਿਹੜਾ ਕੱਲ ਇੱਕ ਫੈਸਲਾ ਹੋਇਆ ਕੇਂਦਰ ਸਰਕਾਰ ਵੱਲੋਂ ਵੀ ਚੰਡੀਗੜ੍ਹ ਜੋ ਕਿ ਪੰਜਾਬ ਦੀ ਰਾਜਧਾਨੀ ਹੈ ਉਸਦੇ ਉੱਤੇ ਹੁਣ ਜਿਹੜਾ ਅਧਿਕਾਰ ਹੈ ਇਸ ਵੇਲੇ ਕੇਂਦਰ ਨੇ ਆਪਣੇ ਅਧੀਨ ਕਰ ਲਿਆ। ਜਿਹੜਾ ਪੰਜਾਬ ਸਰਵਿਸਿਜ਼ ਰੂਲ ਸੀ ਉਹ ਖਤਮ ਕਰਕੇ ਕੇਂਦਰ ਰੂਲ ਲਾਗੂ ਕਰਤਾ, ਉਹਦੀ ਤੁਹਾਡੀ ਪਹਿਲੀ ਟਿੱਪਣੀ ਕੀ ਹੋਏਗੀ ਜੀ? ਦੇਖੋ, ਤਾਂ ਗਲਤ ਗੱਲ ਹੈ। ਅਸੀਂ ਤਾਂ ਹੱਕ, ਸਾਡਾ ਪੰਜਾਬ ਦਾ ਹੱਕ ਹੈ ਉਹਦੇ ਚ, ਔਰ ਹੱਕ ਹਮੇਸ਼ਾ ਮੰਗਦੇ ਰਹਾਂਗੇ। ਔਰ ਇਹ ਜਾ ਕੇ ਮੈਂ ਮਿਲੂੰਗਾ ਵੀ ਉਹਨਾਂ ਨੂੰ ਜੀ। ਮੈਂ ਅਜੇ ਤੱਕ ਚੁਣਾਵ ਹਾਂ, ਸੰਗਰੂਰ ਹਾਂ, ਤੇ ਜਾ ਕੇ ਮਿਲਾਂਗੇ ਵੀ ਉਹਨੂੰ, ਪੁੱਛਾਂਗੇ ਵੀ ਕੀ ਗੱਲ, ਕਿਉਂ ਇਹ ਲਾਗੂ ਕੀਤਾ। ਤੁਹਾਨੂੰ ਨੀ ਲੱਗਦਾ ਵੀ ਇਹ ਜਿਵੇਂ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਕਦੇ ਧਾਰਾ 370 ਖਤਮ, ਕਦੇ BBM ਦੀ ਮੁੱਦਾ, ਤੇ ਹੁਣ ਇਹ ਨਵਾਂ, ਕਦੇ ਜਿਵੇਂ ਬਿੱਲਾਂ ਦਾ ਪਹਿਲੇ ਬਹੁਤ ਵੱਡਾ ਸੰਘਰਸ਼ ਹੋ ਚੁੱਕਿਆ, ਇਹ ਸਾਰੇ ਫੈਸਲਿਆਂ ਨੂੰ ਕੇਂਦਰ ਸਰਕਾਰ ਨੇ ਤੁਸੀਂ ਕਿਵੇਂ ਦੇਖਦੇ ਹੋ? ਵੀ ਇੱਕ ਧੱਕੇਸ਼ਾਹੀ ਨੀ ਜਾਂ ਇੱਕ ਤਾਨਾਸ਼ਾਹੀ ਰਵੱਈਆ ਨੀ ਹੈ ਵੀ ਜਿਹੜਾ ਵੀ ਰਾਤੋ ਰਾਤ ਇਹ ਫੈਸਲੇ ਕਰਦੇ? ਮੈਂ ਮਹਿਸੂਸ ਕਰਦਾ ਇਹ ਜੀ, ਇਸ ਤਰ੍ਹਾਂ ਦੇ ਹੋਣੇ ਨਹੀਂ ਚਾਹੀਦੇ, ਤੇ ਇਹਨਾਂ ਦੀ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ, ਗੱਲਬਾਤ ਕਰਨ ਦੀ, ਨਹੀਂ ਗੱਲਬਾਤ ਮੁਕਦੀ ਫਿਰ ਕੋਈ ਹੋਰ ਤਰੀਕਾ ਦੇਖਾਂਗੇ। ਨਹੀਂ ਪਰ ਜਿਹੜੇ ਤੁਸੀਂ ਹੁਣ ਤੁਹਾਡੀ ਭਾਈਵਾਲ ਪਾਰਟੀ ਹੈ, ਤੁਸੀਂ ਅਮਰੀਕ ਭਾਈਵਾਲੀ ਦਾ ਇਲੈਕਸ਼ਨ ਸੀਗੀ ਜੀ, ਹੁਣ ਕੋਈ ਜ਼ਰੂਰੀ ਨਹੀਂ ਹੈ ਵੀ ਭਾਈਵਾਲੀ ਰਹੇ, ਉਹ ਤਾਂ ਜੇ ਸਾਡੇ ਮੁਤਾਬਕ ਚੱਲਣਗੇ, ਅਸੀਂ ਇੱਕ ਦੂਜੇ ਦੇ ਮੁਤਾਬਕ ਚੱਲਾਂਗੇ ਤਾਂ ਹੀ ਭਾਈਵਾਲੀ ਰਹੂਗੀ। ਤੁਹਾਡਾ ਜਿਵੇਂ ਕਿ ਭਗਵੰਤ ਮਾਨ ਵੱਲੋਂ ਵੀ ਕੋਈ ਇਸੇ ਮੁੱਦੇ ਤੇ ਨਾ ਬੋਲਣਾ, ਅਕਾਲੀ ਦਲ ਦਾ ਸਟੈਂਡ ਹਜੇ ਕਲੀਅਰ ਨਹੀਂ ਹੋ ਸਕਿਆ, ਵੀ ਤੁਹਾਨੂੰ ਲੱਗਦਾ ਵੀ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਇਸ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ? ਨਹੀਂ, ਜਦੋਂ ਪੰਜਾਬ ਦਾ ਕੋਈ ਵੀ ਇਸ਼ੂ ਹੈ ਉਸ ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ, ਇਕੱਲਾ ਇਹ ਨਹੀਂ ਕੋਈ ਵੀ ਇਸ਼ੂ ਹੋਏ ਪੰਜਾਬ ਦਾ, ਪੰਜਾਬ ਦੇ ਹਿੱਤ ਦਾ, ਉਹਦੇ ਸਾਰਿਆਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ। ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਬਹੁਤ ਛੇਤੀ ਮਿਲੋਗੇ ਇਸ ਮੁੱਦੇ ਦੇ ਉੱਤੇ। ਹਾਂ, ਅਸੀਂ ਤਾਂ, ਮੈਂ ਜਲਦੀ ਤੋਂ ਜਲਦੀ ਮਿਲੂੰਗਾ ਜੀ। ਤੁਹਾਡਾ ਧੰਨਵਾਦ ਜੀ, ਪੰਜਾਬੀ ਲੋਕ ਚੈਨਲ ਨਾਲ ਗੱਲਬਾਤ ਕਰਨ ਲਈ। ਥੈਂਕ ਯੂ।